ਰਜਤ ਆਲਮਸਤ ਅੰਮ੍ਰਿਤਸਰ ਤੋਂ ਜਿਹੜੇ ਕਿ ਬਾਬਾ ਧਰਮਗੜ੍ਹ ਭਜਨ ਮੰਡਲੀ ਦੇ ਨਾਲ ਅਟੈਚ ਹੈ ਤੇ ਜਿੰਨੇ ਵੀ ਜਗਰਾਤਿਆਂ ਦੇ ਵਿੱਚ ਇਹਨਾਂ ਦੀ ਬੜੀ ਗੁੱਡ ਪਰਫਾਰਮੈਂਸ ਹੁੰਦੀ ਹੈ ਬਹੁਤ ਹੀ ਦੇਖਣ ਯੋਗ ਇਹਨਾਂ ਦੀਆਂ ਝਾਕੀਆਂ ਅੰਮ੍ਰਿਤਸਰ ਤੋਂ ਹੁਣ ਇਸ ਸ਼ਿਵ ਪਾਰਵਤੀ ਔਰ ਨੰਦੀ ਜੀ ਦੀ ਝਾਕੀ ਹਨੂਮਾਨ ਜੀ ਫਿਰ ਨਿਕਲ ਗਏ ਜੀ ਜਿਹੜਾ ਘੇਰਾ ਪਾਇਆ ਸੀ ਉਹਦੇ ਵਿੱਚ ਫਿਰ ਨਿਕਲ ਗਏ ਜੀ ਕਿਆ ਬਾਤ ਹੈ ਜੀ ਇਹਨੂੰ ਕਹਿੰਦੇ ਆ ਜੀ ਯੰਗ ਕਰਨ ਦੇ ਤਰੀਕੇ ਜੀ ਬੜੀ ਹੀ ਸੁੰਦਰ ਚਾਕੀ ਸ਼ਿਵ ਪਾਰਵਤੀ ਜੀ ਆਰ ਕੇ ਆਣ ਬੜੀ ਹੀ ਲਾਈਵ ਆ ਕੀਤੀ ਹੋਈ ਸ਼ਿਵ ਪਾਰਵਤੀ ਦੀ ਚਾਕੀ ਪਰ ਪੂਰੇ ਜਾਹ ਚਲਾ ਦੇ ਨਾਲ ਜੁੜ ਕਰ ਰਹੇ ਜੀ ਆਪਣੀ ਸਮਾਪਤੀ ਵੱਲ ਨੂੰ ਵਾਧਾ ਹੋਇਆ ਦੇ ਨਾਲ ਆਪਣੇ ਸਿੱਪਾ ਸਲਾਰਾਂ ਦੇ ਨਾਲ ਆਪਣੇ ਬਾਲਿਸ਼ਾਲੀ ਯੋਧਿਆਂ ਦੇ ਨਾਲ